7-8 ਮਹੀਨੇ ਹਨ, ਅੱਲਾ ਪਾਕ ਬਿਹਤਰ ਕਰੇ, ਖੈਰ ਕਰੇ, ਫਿਰ ਇਨਸ਼ਾਅੱਲਾ ਤੱਕਾਂਗੇ ਜਾ ਕੇ। ਅਗਰ ਕਿਧਰੇ ਹੋਰ ਕਤਰ ਸ਼ਤਰ ਦੇ ਕੋਈ ਵੀਜ਼ੇ ਆਏ ਹੋਏ ਤਾਂ ਤੁਸੀਂ ਪਾਕਿਸਤਾਨ ਜਾ ਕੇ ਤੁਸੀਂ ਟਰਾਈ ਕਰ ਸਕਦੇ ਹੋ, ਸਹੀ ਹੈ। ਕਤਰ ਅਗਰ ਤੁਸੀਂ ਜਾਣਾ, ਅਗਰ ਦੁਬਾਰਾ ਤੁਸੀਂ ਸਾਊਦੀਆ ਆਉਣਾ ਤਾਂ ਉਹ ਯਾਨੀ ਕਿ ਫਿਰ ਮਸਲਾ ਤੁਹਾਡਾ ਬਣ ਸਕਦਾ। ਅਗਰ ਤੁਸੀਂ ਕਤਰ, ਬਹਿਰੀਨ ਜਾਂ ਇਹਨਾਂ ਮੁਲਕਾਂ ਜਾਂਦੇ ਹੋ ਫਿਰ ਕੋਈ ਇਸ਼ੂ ਨਹੀਂ ਹੈ, ਫਿਰ ਸਾਊਦੀਆ ਦਾ ਸਿਰਫ ਤੁਹਾਡਾ ਇਸ਼ੂ ਹੈ। ਬਾਕੀ ਤਾਂ ਕੋਈ ਟੈਨਸ਼ਨ ਪਰੇਸ਼ਾਨੀ ਵਾਲੀ ਗੱਲ ਨਹੀਂ, ਬਸ ਕਿ ਆਓ ਆਪਣਾ 2 ਸਾਲ ਐਕਸਪੀਰੀਅੰਸ ਲਓ, ਲੈਟਰ ਲੈ ਲਓ, ਐਕਸਪੀਰੀਅੰਸ ਸਹੀ ਹੈ, ਉਹ ਬਣਾ ਕੇ ਸਾਰਾ ਅੰਦਰ ਬੰਦਾ ਵੀ ਤੁਹਾਡਾ ਹੋਣਾ ਚਾਹੀਦਾ। ਇਸ ਤਰ੍ਹਾਂ ਨਹੀਂ ਸਿਸਟਮ ਹੁੰਦਾ, ਲੇਕਿਨ ਇਹ ਹੈ ਡਾਕੂਮੈਂਟ ਆਪਣੇ ਬਣਾ ਕੇ ਰੱਖੋ, ਕਿਉਂਕਿ ਦੁਬਾਰਾ ਅਗਰ ਤੁਸੀਂ ਕਿਸੇ ਕੰਪਨੀ 'ਚ ਆਉਂਦੇ ਹੋ ਭਾਅ ਜੀ, ਉੱਦਾਂ ਤੁਹਾਨੂੰ ਬੈਨੀਫਿਟ ਇਹ ਹੈ, ਅੱਛੀ ਸੈਲਰੀ ਤੁਹਾਡੀ ਲੱਗੇਗੀ, ਠੀਕ ਹੈ, ਡਿਪਲੋਮਾ ਹੀ ਤੁਹਾਡੀ ਸੈਲਰੀ ਅੱਛੀ ਲੱਗੇਗੀ। ਇਹ ਹੀ ਮੇਨ ਮਕਸਦ ਹੁੰਦਾ ਇੱਥੇ ਆਉਣੇ ਦਾ, 2 ਸਾਲ ਲਾਉਣੇ ਦਾ, ਕਿ ਚਲੋ ਐਕਸਪੀਰੀਅੰਸ ਲੈ ਲਓ। ਐਕਸਪੀਰੀਅੰਸ ਲੈ ਕਿਧਰੇ ਤੁਸੀਂ ਚਲੋ ਜਾਂ ਮਾਰ ਨਹੀਂ ਖਾਓਗੇ, ਸੈਲਰੀ ਤੁਹਾਡੀ ਵੱਧਦੀ ਜਾਏਗੀ, ਸਮਝਿਓ ਵੀ ਇਤਨੀ। ਭਾਈ ਟੈਂਕ ਫੁੱਲ ਕਰ ਰਹੇ ਹਾਂ ਜੀ, ਦੂਸਰਾ ਜੋੜ ਗਏ, ਬੜੇ ਦਿਨਾਂ ਤੋਂ ਬਾਅਦ ਆਏ ਹਾਂ, ਇਹ ਦੇਖੋ ਇਹ ਟੈਂਕ ਫੁੱਲ ਕਰਨਾ, ਠੀਕ ਹੈ, ਸਹੀ ਹੈ। ਤਕਰੀਬਨ 1.5 ਘੰਟੇ ਲਵੇਗਾ, ਫੁੱਲ ਹੋ ਜਾਏਗਾ। ਬਾਕੀ ਇੱਧਰ ਆਏ ਅਸੀਂ, ਬੜੇ ਦਿਨਾਂ ਤੋਂ ਬਾਅਦ ਆਏ ਹਾਂ, ਤੱਕੋ ਸਾਈਡ ਬੰਦ ਹੀ ਪਈ ਹੈ ਕਰੋਨਾ ਦੇ ਦੌਰਾਨ। ਮੇਰੀ ਜਿਹੜੇ ਪੁਰਾਣੇ ਵੀਡੀਓ ਤੱਕਦੇ ਆਉਣੇ ਨੇ ਉਹਨਾਂ ਨੂੰ ਪਤਾ ਇਸ ਚੀਜ਼ ਦਾ, ਖਾਸ ਕਰਕੇ ਉਹ ਜਗ੍ਹਾ ਨਹੀਂ ਭੁੱਲਦੀ ਜਿਹੜੇ ਫੱਟੇ ਅਸੀਂ ਅਤੇ ਸੈਟਿੰਗ ਕੀਤੀ ਸੀ ਸਾਰੀ, ਜਦੋਂ ਤੱਕ ਇਹ ਫੁੱਲ ਨਹੀਂ ਹੁੰਦਾ ਇੱਥੇ ਹੀ ਹਾਂ, ਠੀਕ ਹੈ, ਇੱਥੇ ਬਹਿ ਜਾਂਦੇ ਹਾਂ ਆਰਾਮ ਨਾਲ, ਸਹੀ ਹੈ। ਅਤੇ ਦੂਸਰਾ ਹੈ ਪੰਪ ਦਾ ਸਿਸਟਮ, ਹੈ ਤਾਂ ਦੇਖਦੇ ਅੱਲਾ ਖੈਰ ਕਰਾ, ਤੱਕਨੇ ਹਾਂ। 2 ਸਾਲ ਲਾ ਕੇ 15 ਮਹੀਨੇ ਤਾਂ ਹੋ ਗਏ, ਠੀਕ ਹੈ, ਇਹ ਸਾਦਾ ਵੱਲਾ ਸਹੀ ਗੱਲ ਹੈ। ਹੁਣ ਮੇਰਾ ਆਪਣਾ ਇਹੀ ਦਿਲ ਕਰਦਾ ਵੀ ਮੈਂ ਵੀ ਟੁਰ ਜਾਂ ਉੱਥੇ, ਠੀਕ ਹੈ, ਕਿਉਂਕਿ ਫੈਸਿਲਿਟੀਆਂ ਬਹੁਤ ਜ਼ਿਆਦਾ ਹਨ, ਠੀਕ ਹੈ, ਕੰਮ ਹੀ ਹੈ 8 ਘੰਟੇ ਕੰਮ ਹੈ, ਸਹੀ ਹੈ। ਲੇਕਿਨ ਇਹ ਹੈ ਕਿ ਛੁੱਟੀ ਕੌਣੀ ਹੈ ਬਾਹਰ, ਛੁੱਟੀ ਖੱਲੀ ਵਾਲੀ ਕਰੋ ਛੁੱਟੀ ਨੂੰ, ਲੇਕਿਨ ਗੱਲ ਇਹ ਹੈ ਕਿ ਸਾਲ ਵੀ ਤੁਸੀਂ 2 ਵਾਰ ਪਾਕਿਸਤਾਨ ਜਾ ਕੇ ਆ ਕੇ ਹੋ ਕੇ ਆ ਸਕਦੇ, ਕੋਈ ਪਰੇਸ਼ਾਨੀ ਨਹੀਂ। ਸੈਲੀਆਂ ਵੀ ਚੰਗੀਆਂ, 2000 ਤੋਂ ਉੱਤੇ ਹੀ ਸੈਲੀਆਂ, 1800, 2000, 2200 ਆਵਾ ਟਾਈਮ ਹੀ ਹੈ ਇੱਥੇ, ਆਵਾ ਟਾਈਮ ਕੋ ਨਹੀਂ, ਤਾਂ 2 ਸਾਲ ਤੱਕ ਦੇ ਰਹੋ ਅੱਲਾ ਦੇ ਰੰਗ, ਅਤੇ ਆ ਕੇ ਸੋਚਦੇ ਹਾਂ ਅੱਲਾ ਖੈਰ ਕਰਾ 2 ਸਾਲ ਤਾਂ ਪੂਰੇ ਕਰੀਏ ਨਾ, ਉਸ ਤੋਂ ਬਾਅਦ ਸੋਚਦੇ ਹਾਂ ਕਤਰ ਦਾ, ਸਹੀ ਹੈ, ਨਹੀਂ ਤਾਂ ਆਨਲਾਈਨ ਜਮ੍ਹਾਂ ਕਰਾ ਦਿਆਂਗੇ, ਕਤਰ ਦਾ ਗੇੜਾ ਮਾਰ ਲਾਂਗੇ ਫਿਰ ਇਹ ਹੀ ਹੈ। ਬਾਕੀ ਅੱਲਾ ਮਾਲਕ ਹੈ, ਜੋ ਨਸੀਬਾਂ 'ਚ ਹੋਇਆ ਉਹ ਹੀ ਹੋਣਾ, ਦੁਆ ਕਰੋ ਭਰਾ ਵਾਸਤੇ, ਇਨਫੋਰਮੇਸ਼ਨ ਇਨਸ਼ਾਅੱਲਾ ਤੁਹਾਨੂੰ ਦਿੰਦੇ ਰਹਾਂਗੇ, ਮਜ਼ੀਦ ਦੁਆਵਾਂ ਯਾਦ ਪੂਰੇ। ਇਨਫੋਰਮੇਸ਼ਨ ਤਕਰੀਬਨ ਕੱਲ੍ਹ ਹੀ ਮਿਲੀ ਹੈ, ਠੀਕ ਹੈ, ਅਤੇ ਮੈਂ ਕਿਹਾ ਚਲੋ ਤੁਹਾਡੇ ਲੋਕਾਂ ਨਾਲ ਸ਼ੇਅਰ ਕਰਨਾ। ਅਗਰ ਜਿਹੜੇ ਸ਼ਾਦੀਸ਼ੁਦਾ ਬੰਦੇ ਨੇ, ਠੀਕ ਹੈ, ਔਰ ਜਿਹਨਾਂ ਦਾ ਦਿਲ ਕਰਦਾ ਚਲੋ 6 ਮਹੀਨੇ ਬਾਅਦ ਅਸੀਂ ਪਾਕਿਸਤਾਨ ਟੁਰ ਜਾਈਏ, ਤਾਂ ਕਤਰ ਸਭ ਤੋਂ ਜ਼ਿਆਦਾ ਬੈਸਟ ਹੈ, ਠੀਕ ਹੈ। QatarAirways.com ਵੈਬਸਾਈਟ ਹੈ, ਠੀਕ ਹੈ, ਉਹਦੇ 'ਤੇ ਜਾਓ, ਉੱਥੇ ਜਾ ਕੇ ਕੰਮ ਕਰੋ, ਆਨਲਾਈਨ ਆਪਣੀ CV ਜਮ੍ਹਾਂ ਕਰਾ ਦਿਓ। ਅੱਗੇ ਤੁਹਾਡੇ ਨਸੀਬਾਂ ਦੀ ਗੱਲ ਹੈ, ਸਾਲ ਬਾਅਦ ਜਵਾਬ ਆਏ, 2 ਸਾਲ ਬਾਅਦ ਆਏ, ਉਹ ਤੁਹਾਡੀ ਆਪਣੀ ਕਿਸਮਤ ਹੈ, ਬਾਕੀ ਅੱਲਾ ਮਾਲਕ ਹੈ, ਠੀਕ ਹੈ। ਲੇਕਿਨ ਜਿਹੜੀ ਇਨਫੋਰਮੇਸ਼ਨ ਮਿਲੀ ਉਹ ਇਹ ਮਿਲੀ ਹੈ ਕਿ ਸਾਲ ਵਿੱਚ ਤੁਸੀਂ 2 ਵਾਰ ਤੁਸੀਂ ਜਾ ਸਕਦੇ ਹੋ, ਐਮਰਜੈਂਸੀ ਅਗਰ ਤੁਸੀਂ ਜਾਣਾ, ਠੀਕ ਹੈ, ਤਾਂ ਉਹ ਹਫ਼ਤੇ ਦੀ ਛੁੱਟੀ ਜਾਣੀ ਕਿ ਦਿੰਦੇ ਨੇ, ਸਹੀ ਹੈ, ਅਤੇ ਟਿਕਟ ਵੀ ਫ੍ਰੀ ਹੈ। ਸਾਡੀ ਕੰਪਨੀ 'ਚ ਐਮਰਜੈਂਸੀ ਜਾਣਾ ਤਾਂ 7000 ਰਿਆਲ ਜਮ੍ਹਾਂ ਕਰਾਉਣਾ ਪੈਣਾ ਸਭ ਤੋਂ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ ਸਾਰਿਆਂ ਦਾ, ਉਮੀਦ ਹੈ ਚਲੋ ਠੀਕ ਹੋਵੇਗਾ ਅੱਲਾ ਦੇ ਕਰਮ ਦਾ ਫਜ਼ਲ ਨਾਲ, ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਿਆ। ਆ ਗਏ ਹਾਂ ਸਾਈਡ ਦੇ, ਸਹੀ ਹੈ, ਅਤੇ ਕੁਝ ਬੰਦੇ ਕਹਿੰਦੇ ਜੀ ਫ੍ਰੀ ਵੀਜ਼ਾ ਹੋਵੇ, ਫ੍ਰੀ ਵੀਜ਼ਾ ਕਤਰ ਦਾ ਫ੍ਰੀ ਵੀਜ਼ਾ ਜੀ, ਠੀਕ ਹੈ, QatarAirways.com ਠੀਕ ਹੈ ਵੈਬਸਾਈਟ ਹੈ, ਔਰ ਇਹਨਾਂ ਦਾ ਆਨਲਾਈਨ ਹੀ ਕੰਮ ਹੁੰਦਾ, ਠੀਕ ਹੈ, ਲੇਕਿਨ ਹਰ ਸ਼ੈ ਫ੍ਰੀ ਹੈ, ਟਿਕਟ ਫ੍ਰੀ ਹੈ, ਠੀਕ ਹੋ ਗਿਆ, ਸਾਰਾ ਕੰਮ ਫ੍ਰੀ ਹੈ, ਕੋਈ ਪੈਸੇ ਨਹੀਂ, ਕੋਈ ਕੁਝ ਨਹੀਂ, ਲੇਕਿਨ ਇਹ ਹੈ ਤੁਹਾਡਾ ਇੰਟਰਵਿਊ ਆਨਲਾਈਨ ਲਵਣਗੇ, ਠੀਕ ਹੈ, ਮੋਬਾਈਲ 'ਤੇ, ਲੇਕਿਨ ਇਹ ਕੰਮ ਪੱਕਾ, ਕੋਈ ਪੈਸੇ ਨਹੀਂ ਲੱਗਣੇ, ਠੀਕ ਹੈ, ਉੱਥੇ ਜਾ ਕੇ ਰਿਹਾਇਸ਼ਾਂ ਵੀ ਅੱਛੀਆਂ ਹਨ, ਔਰ ਸਾਲ ਬਾਅਦ ਛੁੱਟੀ ਹੈ ਸਾਡੀ ਜਿਹੜੀ ਕੰਪਨੀ ਹੈ ਇਹਦੇ ਵਿੱਚ, 2 ਸਾਲ ਬਾਅਦ ਜਾ
कल तक सही हो जाएगी। इसका भी तो थोड़ा सा निकाल के ऊपर हो जाना था, ये लेवल तक कर देगा ना, वो कैसा गया। हाँ, यहीं से आगे खुदाई करने की ज़रूरत ही नहीं है, यहीं से काट के ऊपर कर लेंगे खलास सीधा ऐसे। करना आ जैसे वो की है, ये लाइन से लाइन है, दूसरा लाइन से कहीं है, क्या पता। ये भी ऐसे ही जॉइंट होगा, वही है ना, देखना पड़ेगा ना नीचे कब तक आप खुदाई नहीं करेंगे। हो गया जी, सारी मिट्टी दी हटा के ऐ पे जी हूँ सारी मिट्टी दी हटावांगे, वाल नालों फिर पैप कढ़ांगे जिस तरह उत्थे कढ़िया सी। धुप आई है बड़ी डाढ़ी, तो मैं ना जल्दी जल्दी मुक जाए तो चंगी गल है, वो छोड़ दिता है तो फिर इनू मट्टी पाण लगे हैं। ठीक है, तो यह फस रहा पाने कवर पाने वास्ते, फिर इतने थोड़ी दी कटिंग करांगे, सही है, तो फिर इन पा के मट्टी पा के सारा बराबर करांगे। इहदे नाल पाइप जॉइन करके अगे लैन देनी है बस।